ਓਏ ਭਾਈ ਜੀ ਨੇ ਟੇਪ ਮੰਗਾਈ ਹੈ ਜੀ, ਟੇਪ ਹੈਗੀ ਹੈ ਜੀ ਬੜੀ ਜ਼ਬਰਦਸਤ ਤੁਹਾਨੂੰ ਦਿਖਾਉਣੇ, ਖੋਲ ਕੇ ਭਾਈ ਖੋਲ ਕੇ ਵਿਖਾਓ ਪਲੀਜ਼। ਆਪਾਂ ਵੀ ਲੈ ਜੇ 6 ਤਾਂ ਵੀ ਹੈ ਜੀ, ਹਾਂਜੀ 6 ਤਾਂ ਸੋਇਆ ਚੁੱਕੇ ਜੀ। ਵੇਖੋ ਦੋ ਕੰਮ ਲੈ ਸਕਦੇ ਜੀ। ਅੱਛਾ ਹਾਂ ਭਾਈ, ਬਹੁਤ ਵਧੀਆ ਯਾਰ, ਇਹ ਪਾਲਿਆ ਗੁੱਡੀ ਡਾਲੀ, ਕੀ ਆਵਾਜ਼ ਹੈ ਓਏ ਹੋਏ। ਦਿਖਾਈ ਤਾਂ ਚੈੱਕ ਕਰੋ ਜੀ, ਹਾਂਜੀ ਭਾਈ ਜੀ ਨੇ ਮੇਰਾ ਨਾਮ ਨਵਾਂ ਰੱਖਤਾ ਵਾ ਮੰਗਾ ਜੀ। ਕਿਹੜਾ ਸਰ? 1500 ਕਿਲੋਮੀਟਰ। ਉਹ ਤੁਹਾਡੀ ਬੋਲੇ ਜੀ, ਦੇਖੋ 1500 ਕਿਲੋਮੀਟਰ ਤੋਂ ਆਏ ਆ। ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਸਭ ਠੀਕ ਹੋ? ਭਾਈ ਜੀ ਜੀਤਾ ਕਾਈ ਸਟੋਰ, ਸੋ ਤੁਸੀਂ ਸਾਡੇ ਪਹਿਲੇ ਵਲੌਗ ਸਾਰੇ ਵੇਖੇ ਜੀ, ਮਿਲੇ ਕੇ ਕਰਾਂਗੇ ਸ਼ਾਪਿੰਗ, ਤੁਹਾਨੂੰ ਨਾਲ ਵਿਖਾਵਾਂਗੇ ਪਹਿਲਾਂ ਨੇ ਵੱਡੀ ਵੱਡੀ ਗੁੱਡੀਆਂ, ਵੱਡੇ ਵੱਡੇ ਪਤੰਗਾਂ, ਸੋ ਸਾਰੇ ਤੁਹਾਨੂੰ ਵਲੌਗ ਵਿੱਚ ਵੇਖਣ ਨੂੰ ਮਿਲਣਗੀਆਂ। ਸੋ ਆਹ ਦੇਖੋ ਜੀ, ਵੱਡੇ ਵੱਡੇ ਗੁੱਡੀਆਂ ਲੱਗੀਆਂ। ਸੋ ਇਹ ਵੀ ਆਪਾਂ ਲੈ ਕੇ ਜਾਵਾਂਗੇ ਸ਼ਾਪਿੰਗ ਕਰਾਂਗੇ, ਤੁਸੀਂ ਵਲੌਗ ਨੂੰ ਪੂਰਾ ਵੇਖਿਓ, ਸਕਿਪ ਨਾ ਬਿਲਕੁਲ ਕਰਿਓ, ਐਂਡ ਤੱਕ ਵੇਖਿਓ। ਅਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਜੀਤਾ ਕਾ ਸਟੋਰ ਦੇ ਓਨਰ ਨਾਲ, ਅਤੇ ਅੱਜ ਗਾਹਕ ਵੀ ਬੜਾ ਕਰਨਾ ਕੋ, ਅਤੇ ਆਓ ਚੱਲੀਏ। ਜੀ ਭਾਈ ਸਤਿ ਸ਼੍ਰੀ ਅਕਾਲ। ਸੋ ਇਹ ਹੈ ਜੀ ਜੀਤਾ ਕਾਈ ਸਟੋਰ ਦੇ ਓਨਰ। ਅਤੇ ਹੋਰ ਭਾਜੀ ਕਿਦਾ, ਕੀ ਹਾਲ ਚਾਲ, ਠੀਕ ਠਾਕ? ਹਾਂ ਵਧੀਆ, ਆਪਣਾ ਸੁਣਾਓ ਤੁਸੀਂ? ਬਹੁਤ ਵਧੀਆ ਭਾਜੀ, ਬਹੁਤ ਵਧੀਆ। ਬੜੇ ਦਿਨਾਂ ਬਾਅਦ ਆਏ ਉਹ ਭਾਜੀ, ਫਿਰ ਇੱਦਾਂ ਹੀ ਬਿਜ਼ੀ ਆ ਭਾਜੀ, ਪਿਆਰ ਘਟਾਉਣਾ ਨਾ। ਨਾ ਨਾ, ਪੂਰਾ ਪਿਆਰ ਨਾ ਘਟਾਉਣਾ, ਦਿਲ ਨਾਲ ਪੂਰਾ ਪੂਰਾ ਪਿਆਰ ਹੈਗਾ। ਸੋ ਭਾਜੀ ਇਸ ਵਾਰ ਤੁਸੀਂ ਕਿਹਾ ਸੀ, ਪਿਛਲੀ ਵਾਰੀ ਆਪਾਂ ਵਲੌਗ 'ਚ ਬੋਲਿਆ ਸੀ ਕਿ ਇਹਨਾਂ ਨੂੰ ਵੱਡੇ ਵੱਡੇ ਗੁੱਡੀਆਂ ਵਿਖਾਉਣੇ ਆਪਾਂ। ਹਾਂਜੀ ਹਾਂਜੀ, 6 ਤਾਵੇ, 12 ਤਾਵੇ, ਪੂਰਾ 6 ਤਾਵੇ ਪਏ ਆ, ਸੈਂਟੀ ਵਿਖਾਉਣਾ ਤੁਹਾਨੂੰ। ਅੱਛਾ ਅੱਛਾ, ਹਾਂਜੀ ਉਹ ਵੀ ਰੱਖੇ ਆ ਗਦਾਮ 'ਚ, ਉਹ ਵੀ ਲਿਆ ਕੇ ਵਿਖਾਉਣਾ ਤੁਹਾਨੂੰ। ਠੀਕ ਆ, ਅਤੇ ਆਪਣਾ ਪਤੰਗਾ ਸਭ ਵੱਡੀਆਂ ਕੀ ਸੀ, ਆਪਾਂ ਉਹ ਵੀ ਦਿਖਾਉਣੀ। ਹਾਂਜੀ ਪਤੰਗਾ ਵੇਖੋ ਜੀ, ਇਹ ਕਿੰਨਾ ਹੈਗਾ ਇਹ ਸਾਈਜ਼? ਕਿਤੇ ਹੁੰਦੀ ਜੇ 4 ਫੁੱਟ ਦੀ ਪਤੰਗ, 4 ਫੁੱਟ ਦੀ ਪਤੰਗ ਹੋਣੀ। ਹਾਂਜੀ ਠੀਕ ਆ, ਮੇਰੇ ਕਿੱਥੇ ਤੱਕ ਆ ਜਾਏਗੀ? ਹਾਂਜੀ ਹਾਂਜੀ, ਕੀ ਆਈ ਬਾਤ ਆ, ਕਸਟਮਰ ਭੱਜ ਗਵਾ ਚੁੱਕੇ ਆ, ਅਤੇ ਪੈਕਿੰਗ ਹੋ ਰਹੀ ਹੈ ਜੀਤੇ ਭਾਈ, ਆਪ ਸਪੈਸ਼ਲ ਕਰ ਰਹੇ ਪੈਕਿੰਗ, ਇਹ ਦੇਖੋ ਜੀ ਪੈਕਿੰਗ ਹੋ ਰਹੀ ਹੈ, ਭਰ ਭਰ ਕੇ ਜਾ ਰਹੇ ਆ। ਅਤੇ ਤੁਸੀਂ ਵੇਟ ਨਾ ਕਰੋ, ਤੁਸੀਂ ਫਟਾਫਟ ਆਓ, ਮੁੜਕੇ ਨਾ ਕਹੋ ਗੁੱਡੇ ਮਿਲੇ ਨਹੀਂ, ਕਿਉਂਕਿ ਜਿੱਤੇ ਬਈ ਗਲਤੀ ਕੋਈ ਨਹੀਂ ਆ, ਲੇਟ ਤੁਸੀਂ ਆਉਣਾ ਵਾ। ਅਤੇ ਆਹ ਭਾਅ ਜੀ ਆਪਣੇ, ਭਾਅ ਜੀ ਕਿੱਥੋਂ ਆਏ ਤੁਸੀਂ? ਅਸੀਂ ਭਾਅ ਜੀ ਛਿਹਾਟੇ ਸਾਹਿਬ ਤੋਂ ਆਏ ਹਾਂ। ਛਿਹਾਟੇ ਸਾਹਿਬ ਤੋਂ ਕਿੰਨੀ ਦੂਰ ਇੱਥੋਂ ਭਾਅ ਜੀ? ਕਿਹੜਾ ਸਾਹਿਬ? 1500 ਕਿਲੋਮੀਟਰ। ਉਹ ਤੁਹਾਡੀ ਬੋਲੇ ਜੀ, ਦੇਖੋ 1500 ਕਿਲੋਮੀਟਰ ਤੋਂ ਆਏ ਆ, ਅਤੇ ਆਪਾਂ ਕਈ ਅਲੱਗ ਅਲੱਗ ਰਹਿ ਕੇ ਬਣਾਉਂਦੇ ਹਾਂ ਭਾਅ ਜੀ ਅਤੇ ਭਾਅ ਜੀ ਨੂੰ। ਅਤੇ ਹੁਣ ਭਾਅ ਜੀ ਫ੍ਰੀ ਹੋ ਰਹੇ ਆ, ਉਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਉਂਦੇ ਵੱਡੀ ਗੁੱਡੀਆਂ। ਸੋ ਹੁਣ ਆਪਾਂ ਆ ਗਏ ਜੀ ਦੁਕਾਨ ਅੰਦਰ, ਅਤੇ ਗਾਹਕ ਜਾ ਚੁੱਕੇ ਆ, ਅਤੇ ਭਾਅ ਜੀ ਨੇ ਸਾਡੇ ਅਸੀਂ ਬੜੀ ਖਿੱਚੇ ਕਰਦੇ ਯਾਰ, ਦੇਖੋ ਜਿੱਤੇ ਬਾਅਦ ਇੰਨਾ ਵਰਦਾ ਦਿਲ ਆ, ਮੈਂ ਕਈਆਂ ਦੀ ਐਡ ਕੀਤੀ ਆ, ਕੋਈ ਕਿਸੇ ਨੇ ਪਾਣੀ ਪੁੱਛਦਾ, ਕੋਈ ਚਾਹ ਨਹੀਂ ਪੁੱਛਦਾ, ਸਭ ਪਾਣੀ ਹਟੇ, ਸਭ ਉਸੇ ਮੰਗਾ ਲਏ ਭਾਈ, ਲੋੜ ਨਹੀਂ ਇਸ ਚੀਜ਼ ਦੀ ਯਾਰ, ਤੁਸੀਂ ਕਿਉਂ ਮੰਗਾਈ ਭਾਜੀ? ਇਹ ਤਾਂ ਇੱਕ ਨੋਰਮਲ ਗੱਲ ਆ, ਉਹ ਤਾਂ ਮੰਨਦੇ ਯਾਰ, ਪਿਆਰ ਹੋਵੇ ਉੱਥੇ, ਇਹ ਚੀਜ਼ਾਂ ਨਹੀਂ ਮੈਨੇ ਰਖਾਉਂਦੀ ਆ ਭਾਜੀ, ਫੋਟੋ ਬਣ ਕਰਦੇ ਆ ਯਾਰ, ਤਾਂ ਪਿਆਰ ਨਾਲ ਚਲੋ ਕੋਈ ਨਹੀਂ, ਚਾਹ ਵੀ ਮੰਗਾਉਂਦੇ, ਚਾਹ ਨਾ ਖਾਂਦੇ ਆ ਨਾ, ਬਹਿ ਕੇ ਮਾਨ ਦੇ, ਚਾਹ ਵੀ ਆਏਗੀ, ਚਲੋ ਕੋਈ ਨਹੀਂ। ਅਤੇ ਤੁਸੀਂ ਵਲੌਗ ਦਾ ਇੰਜੋਏ ਕਰਿਓ, ਕੋਈ ਨਾ ਕੋਈ ਨਾ, ਆ ਵੀ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ, ਚੈੱਕ ਕਰੋ ਬਟਰ ਪੇਪਰ ਦਾ, ਬਟਰ ਪੇਪਰ ਦਾ ਹੋਰ ਨੈਕਸਟ ਇੱਕ ਹੋਰ ਆਇਆ ਜੀ, ਕਿੰਨਾ ਸੋਹਣਾ ਨੈਕਸਟ ਡੱਬੀਦਾਰ ਵੱਡੀ ਡੱਬੀ ਰੱਖੀ ਜਾ ਸਾਈਡ ਸਾਈਡ ਤੇ, ਓਏ ਹੋਏ ਆ ਵੀ ਕਹਿਣ ਜੇ ਆ ਵਾਲਾ ਆ ਵੀ ਸੋਹਣਾ ਵਾ, ਜੋ ਰੱਖੀ ਜਾਓ ਹੋਰ ਅਗਲਾ ਨੈਕਸਟ ਨੈਕਸਟ ਤੇ ਉਸ ਤੋਂ ਬਾਅਦ ਡੇਢ ਤਵਾ ਲਿਆ ਜੀ ਆਪਾਂ, ਕਿੰਨੇ ਡੇਢ ਤਵੇ ਕਿੰਨੇ ਹੋ ਗਏ ਆਪਣੇ, 3 4 5 6 10 ਹੋ ਗਏ ਨੇ, ਹਾਂਜੀ ਹੋ ਗਏ, ਸੋ ਡੇਢ ਤੋਂ ਬਾਅਦ 10 ਲੱਗ ਚੁੱਕੇ ਆ, ਤੇ ਪ੍ਰਾਈਸ ਤੁਹਾਨੂੰ ਦੱਸੀ ਆਵਾਂ ਭਾਈ, ਪ੍ਰਾਈਸ ਦੱਸੋ ਸੱਚ, ਆਪਣਾ ਅਸੀਂ ਸ਼ਾਪਿੰਗ ਕਰ ਰਹੇ ਆਪਣੇ ਤੇ ਲੋਕਾਂ ਨੂੰ ਫਾਇਦਾ, ਇੱਕ ਹੋਰ ਲੈ ਆਓ 10 ਹੋ ਗਏ, ਇਹ ਹੈਗੇ ਜੀ ਰਾਮਪੁਰ ਦੀ ਗੁੱਡੀ ਆ, ਅੱਛਾ ਜੀ ਸਪੈਸ਼ਲ ਗੁੱਡੀ ਜਿਹਨੂੰ ਕਹਿੰਦੇ ਆ, ਰਾਮਪੁਰ ਦੀ ਇਹ ਸਪੈਸ਼ਲ ਗੁੱਡੀ ਆ, ਵੱਡਾ ਮੈਨੂੰ 3 ਤਵਾ, ਇਹਦੇ ਜਿਹੜੇ ਕਾਟਾ ਹੋਣਾ ਆਰ ਪਾਰ ਆ ਗਿਆ, ਛਾਪਾ ਨਹੀਂ ਲੱਗਾ ਆਰ ਪਾਰ ਆ, ਅੱਛਾ ਕਟਿੰਗ ਕਰਕੇ ਉੱਪਰ ਕਟਿੰਗ ਕਰਕੇ ਲੱਗਾ, ਹਾਂਜੀ ਇਹ ਫੈਂਸੀ ਗੁੱਡੀ ਹੁੰਦੀ ਸਾਰੀ ਯਾਰ, ਤੇ ਮਾਰਕੀਟ 'ਚ ਉੱਥੇ 50 ਰੁਪਏ ਦੀ ਆ, ਅੱਛਾ ਜੀ, ਅਸੀਂ ਇੱਥੇ 40 ਰੁਪਏ ਦੀ, 50 ਰੁਪਏ ਦੀ ਮਾਰਕੀਟ ਰੇਟ ਹੈਗਾ, ਤੁਸੀਂ 40 ਰੁਪਏ ਦੋ, ਹਾਂਜੀ ਅਸੀਂ 40 ਰੁਪਏ ਦੇ, ਠੀਕ ਹੈ ਜੀ, ਦਰਜਨ ਕਰ ਲੋ, ਓਏ ਹੋਏ ਉਹ ਨਹੀਂ ਉਹ ਪੀਲਾ ਕਰ ਚਲੇ, ਉਹ ਪੀਲਾ ਬੜਾ ਪੱਲਾ ਉੱਪਰਲਾ, ਸਭ ਉੱਪਰਲਾ ਇਹ ਤੋਂ ਪੜਾ ਲਾ,
चेक करो वधिया नहीं वधिया येलो कलर है चलो हुण आ गया साइज हुण पल्ली एक और कर लो दर्जन और लो ये भी कर दो हां ये कर दो अखां नहीं करना नहीं नहीं ये बड़ी कमांड है डिजाइन चेक करियो ਤੰਗਾ ਠਹਿਰ ਕੇ ਲਵਾਂਗੇ ਆਪਾਂ ਤੰਗਾ ਨਹੀਂ ਆਪਾਂ ਵੇਲਨੇ ਬੱਲੇ ਆ ਗੁੱਡੇ ਕੱਢ ਲਈਏ ਆ ਵੀ ਗੁੱਡੇ ਕੱਢਣਾ ਜੇ ਤੁਹਾਨੂੰ ਲੱਗਦਾ ਚੰਗਾ ਤੇ ਸਕਰੀਨਸ਼ਾਟ ਮਾਰ ਕੇ ਜਿੱਥੇ ਬਾਗ ਆਓ ਤੇ ਹੁਣੇ ਹੁਣੇ ਲੈ ਜਾਓ ਇਹ ਦੋ ਚਾਰ ਦਿਨਾਂ ਚ ਖਰੀਦ ਲਓ ਸਾਰਾ ਕੁਝ ਸੋ ਹੁਣ ਹੋ ਗਿਆ ਜੀ ਟੀ ਟਾਈਪ ਲਿਓ ਜੀ ਸੋਨਾ ਪਲਾਂ ਲੱਗੇ ਜੀ ਤਿੰਨ ਤਾਂ ਗੁੱਡਾ ਤੇ ਬ੍ਰਮ ਕੱਢ ਰਿਹਾ ਸੱਚ ਪਾਣੀ ਕੱਢ ਰਿਹਾ ਦੇਖੋ ਵਧੀਆ ਜਿਹਾ ਕੱਢ ਲਓ ਇਹ ਕੱਢਣੇ ਯਾਰ ਤੇ ਜੀਤਾ ਬਾਗ ਗਿਆ ਜੀ ਗੁੱਡੀ ਲੈਣ ਵੱਡੇ ਆ ਭਾਈ ਕੀ ਬਾਤ ਕਲਰ ਬੜਾ ਸੋਨਾ ਗਿਆ ਹਾਂ अभी सोना का हाँ क्या गलबात बन गई यार कितना कैंट कलर लो जीता भाव लिया जे छे तो भी है जी सोए आ चुके जी छे फुट के गुटे इन्हों के घर गोदाम है जी लो आ गए जी प्लेन सर की प्राइस दस दो ढाई सौ रुपया जी 250 रुपये पैना जी डिजाइनिंग जबरदस्त बटर पेपर टोटली बटर पेपर ਵੇਜੀ ਡੱਬੀਦਾਰ ਆ ਗਿਆ ਗ੍ਰੀਨ ਕਲਰ ਦੇ ਵਿੱਚ ਤੇ ਹੋਰ ਬੜੇ ਡਿਜ਼ਾਈਨ ਪਏ ਆ ਅੱਛਾ ਹੋਰ ਮਿਲ ਜਾਣਗੇ ਉਹ ਜਿੰਨੇ ਕਿ ਚੁੱਕੇ ਗਏ ਉਹਨੇ ਕ ਭਾਜੀ ਲੈਂਦੇ ਆ ਯਾਰ ਬਹੁਤ ਪਿਆਰੇ ਵਿੱਚ ਤੇ ਤਿੰਨ ਤਾਵੀ ਦੇ ਵਿੱਚ ਆ ਕੇ ਡਿਜ਼ਾਈਨ ਕਿਹੜੇ ਤਿੰਨ ਤਾਵੀ ਤੋਂ ਲਾਵਾਂ ਜਿਵੇਂ ਆ ਤੋਂ ਪਏ ਆ ਤਿੰਨ ਤਾਵੀ ਦੇ ਵਿੱਚ ਆ ਸਾਰੇ ਡਿਜ਼ਾਈਨ ਵੱਖੋ ਵੱਖਿਆ ਜੀ ਇਹ ਸਭ ਤਿੰਨ ਤਾਵੀ ਆ ਹਾਂਜੀ ਸਾਰੇ ਤਿੰਨ ਤਾਵੀ ਆ ਗੱਡੇ ਨਹੀਂ ਜੀ ਤੇ ਇਹ ਪਾਕਿਸਤਾਨੀ ਆ ਗੱਡੇ ਆ ਅੱਛਾ ਇਹ ਆਪਾਂ ਗੱਡੇ ਜੀ ਹਾਂਜੀ ਇਹ ਪਾਕਿਸਤਾਨੀ ਆ ਸਾਰੇ ਚੈੱਕ ਕਰੀਓ ਆਪਣੇ ਗੱਡੇ ਜੀ ਅਗਰ ਤੁਸੀਂ ਲੈਣੇ ਆ ਤਾਂ ਸਕਰੀਨਸ਼ਾਟ ਮਾਰੋ ਤੇ ਮੰਗੇ ਭਾਈ ਨੂੰ ਸੈਂਡ ਕਰੋ ਤੇ ਬਸ ਲੈ ਚਲੋ ਆ ਗਏ ਆ ਜਿੱਤੇ ਭਾਈ ਸੋਰੀ चल वाइट भी आ गया जी दिल वाला आ गया ये जी तुम दिखा रहे ना गुड्डे सारे तीन तावा दे गए जी सारे तीन तावा जी तीन बजे तीन फुट क्या करी जाओ जी करी जाओ गिनती करते हैं थक जाएंगे गुड्डे नहीं मुकने भाजी उन्होंने को इस तो अलावा उन्होंने गोदाम जो है ना जी कार है इस अलावा सुबह पैक किए पे पिछे सारे पाकिस्तानी भाई जबरदस्त पाकिस्तानी स्टाइल के भूतला गुड्डा आपां दा दिखाया सीगा तीन तावे दे प्लेन ये आ गया पाकिस्तानी मुकड़ वगैरह बने गोल्ड कलर दे विच सो इधर तुसी जिहो जिहा मर्जी नाम बनवा लो हर एक चीज़ भाजी को अवेलेबल हैगी आ ते इधर चेक कीता जी बाज वाला गुड्डा ब्लैक कलर दे जी न्यून कलर लगाया जी ते बच्चों वास्ते भी आ गई जी भाई जी बंदे आए बंदे बने क्या बात है बंदे वाली गुड्डी जी नायलॉन दी मोमी कागज ते एक तुहानूं होर दिखाना मैं नवी चीज बनाया जीता वा अपना दिखाओ भाजी एक नवा पेपर आया भाजी दसो की कुछ कर किस तरह बनेगी देखो जी लो जी क्या बात है भाई साइन बड़ी यार दोनों पासे अच्छा दोनों साइड चाहे इधर लगा लो उधर लगा लो फ्रंट साइड भैया पहला प्लेन होता है ना हां जी हां जी हुन इधर से भी डिजाइन आएगा ये इधर फ्रंट कड़ा ऊपर वाला हां वाला जी अच्छा मेन फ्रंट आएगा क्या बात है क्या बात है पतला बड़ा पेपर
ਕੀ ਪਤਲੀ ਪੇਪਰ ਤੇ ਕੀ ਵਾਦਾ ਹੈਗਾ ਭਾਜੀ ਭਾਜੀ ਇਹ ਗੁੱਡੀ ਮਾਰਨਾ ਉਡੂ ਕੀ ਜਿਹੜਾ ਭਾਰੀ ਹੁੰਦੀ ਹੈ ਨਾ ਗੁੱਡੀ ਨਾ ਭਾਰੀ ਨਹੀਂ ਹੋਵੇ ਆਮ ਗੁੱਡੀ ਵਾਂਗੂ ਗੁੱਡੀ ਹੋਊਗੀ ਤੇ ਤੁਸੀਂ ਮੀਂਹ ਦੇ ਵਿੱਚ ਵੀ ਡਾ ਸਕਦੇ ਹੋ ਠੀਕ ਹੈ ਜੀ ਤੇ ਇਸ ਕਰਕੇ ਫੈਂਸੀ ਗੁੱਡੀ ਸਮੀ ਜੁੜ ਜਾਏਗੀ ਨਹੀਂ ਚੁੱਡੂਗੀ ਜੀ ਨਹੀਂ ਅਸੀਂ ਨਾ ਪਿਛਲੇ ਸਾਲ ਉਡਾਈ ਸੀ ਬਾਰਿਸ਼ ਆਈ ਸੀ ਤੇ ਮੰਮੀ ਗੁੱਡੀ ਲੈ ਗਈ ਹਾਂ ਉਹ ਭਾਜੀ ਉਹ ਉੱਡੀ ਨਹੀਂ ਉਹ ਤਾਂ ਭਾਰੀ ਬਹੁਤ ਹੋਗੀ ਭਾਜੀ ਡਾ ਕੇ ਅਸੀਂ ਦਵਾਂਗੇ ਜਿਹੜੀ ਨਾ ਉੱਡੂਗੀ ਨਹੀਂ ਐ ਵਾਲੀ ਉੱਡੂਗੀ ਨਾ ਇਹ ਇੱਕੋ ਜਣਾ ਡਾਊਗਾ ਕੌਣ ਜੀਤਾ ਕਾਇਟ ਜੀਤਾ ਗੁੱਡੀਆਂ ਵਾਲਾ ਹੀ ਬਣਾਏਗਾ ਜੀ ਇਹ ਚੀਜ਼ਾਂ ਵਜੀਆਂ ਭਾਜੀ ਗੱਲ ਪਤਾ ਕੀ ਆ ਹਾਂਜੀ ਐਡਮ ਮੈਂ ਬਣਾਉਣਾ ਮਗਰੋਂ ਆ ਵੇਖਦੀ ਪਹਿਲੇ ਕਿਉਂ ਜੀ ਤੁਸੀਂ ਫੇਮਸ ਬੜੇ ਹੋ ਗਏ ਜੀ ਸੋ ਹੁਣ ਭਾਜੀ ਦਾ ਦੁਕਾਨ ਇੰਨੀ ਫੇਮਸ ਹੋ ਗਈ ਆ ਲੋਕੀ ਆ ਫੋਟੋ ਖਿਚਾਉਂਦੇ ਜੀਤੇ ਭਾਜੀ ਸਤਿ ਸ਼੍ਰੀ ਅਕਾਲ ਜੀ ਸੋ ਇਹ ਸਟਾਰ ਬਣ ਚੁੱਕੇ ਜੀ ਜੀਤੇ ਗੁੱਡੀਆਂ ਵਾਲੇ ਸੋ ਹੁਣ ਆਪਾਂ ਜੀ ਕੈਟਾਗਰੀ ਲੈ ਚੁੱਕੇ ਆ ਜੀ ਇਹ ਸੋਇਆ ਸਾਡਾ ਲੋੜੀ ਦਾ ਸਟੈਚ ਸ਼ੁਰੂਆਤ ਹੋ ਗਈ ਆ ਅਗਲੀ ਵਾਰੀ ਫੇਰ ਵੀ ਆਵਾਂਗੇ ਟੋਟਲੀ ਹੱਥ ਤੇ ਭਾਜੀ ਨੂੰ ਨੇਮ ਵਾਲੇ ਲਿਖਵਾਏ ਆ ਜੀ ਉਹ ਤੁਹਾਨੂੰ ਅਗਲੀ ਵਾਰ ਦਿਖਾਵਾਂਗੇ ਛੋਟੀ ਜਿਹੀ ਵੀਡੀਓ ਵੀ ਬਣੇਗੀ ਸੋ ਭਾਜੀ ਆ ਟੋਟਲ ਕਰੋ ਸਾਡਾ ਜੀ ਟੋਟਕ ਰਹੀਏ ਤੇ ਆਪਾਂ ਚਲੀਏ ਘਰ ਨੂੰ ਲੇਟ ਬਹੁਤ ਹੋ ਗਏ ਦੁਪਹਿਰ ਦੇ ਆਏ ਸੀਗੇ ਚੱਲ ਭਾਜੀ ਅੱਗੇ ਨਾ ਆ ਤਾਂ ਪਾਂ ਕੀ ਤੇਲ ਲੈ ਇੱਕ ਮਿੰਟ ਤੁਹਾਨੂੰ ਹੋਰ ਦੀ ਦੱਸ ਦਈਏ ਜਿਹੜੇ ਕਾਇਟ ਵਾਲਾ ਉਡਾਉਂਦੇ ਨਾ ਜੀ ਉਹਨਾਂ ਦੀ ਉਂਗਲਾਂ ਵੱਡੀਆਂ ਹੁੰਦੀਆਂ ਤੇ ਫਿਰ ਭਾਜੀ ਨੇ ਟੇਪ ਮੰਗਾਈ ਆ ਜੀ ਟੇਪ ਹੈਗੀ ਆ ਜੀ ਬੜੀ ਜ਼ਬਰਦਸਤ ਤੁਹਾਨੂੰ ਦਿਖਾਣੇ ਖੋਲ ਕੇ ਭਾਈ ਖੋਲ ਕੇ ਵਿਖਾਓ ਫਿਰ ਪਲੀਜ਼ ਤੇ ਇਹ ਆ ਜੀ ਟੇਪ ਇਹ ਕੱਪੜੇ ਦੀ ਬਣੀ ਹੈ ਦਰਅਸਲ ਥੋੜੀ ਤੁਹਾਨੂੰ ਖੋਲ ਕੇ ਵਿਖਾ ਦਵਾਂ ਬੜੀ ਵਧੀਆ ਹੁੰਦੀ ਆ ਔਰ ਜੋ ਤੁਸੀਂ ਕਾਇਟ ਉਡਾਣੀ ਨਾ ਜੀ ਤੇ ਮੈਂ ਵੈਸੇ ਕੱਲ ਉਡਾਈ ਸੀ ਮੇਰੇ ਚੀਰ ਆ ਗਿਆ ਤੇ ਆ ਦੇਖੋ ਇੱਥੇ ਲਗਾ ਕੇ ਇੱਕ ਵਾਲ ਨਹੀਂ ਘੱਟੋ ਘੱਟ ਚਾਰ ਵਾਲ ਦਿਓ ਤੁਸੀਂ ਕਾਇਟ ਉਡਾਓ ਵੈਸੇ ਸਭ ਨੂੰ ਪਤਾ ਨੋਰਮਲ ਜੀ ਗੱਲਾਂ ਕੋਈ ਜ਼ਿਆਦਾ ਇਹ ਨਹੀਂ ਕੋਈ ਇਹ ਨਹੀਂ ਕਿ ਕਿਸੇ ਨੂੰ ਪਤਾ ਨਹੀਂਗਾ ਸਾਰੇ ਪਤਾ ਭਾਜੀ ਕੋਈ ਹੈਗੀ ਆ ਵੀ ਚੀਜ਼ ਦੀ ਤੁਸੀਂ ਆ ਕੇ ਲੈ ਸਕਦੇ ਜੀ ਔਰ ਇੱਕ ਹੋਰ ਫਿੰਗਰਸ ਹੈਗੇ ਇਹਨਾਂ ਕੋਲ ਤੇ ਭਾਜੀ ਇੱਕ ਹੋਰ ਹੈਗੀ ਜੀ ਉਹ ਗਲਵਸ ਵੀ ਆ ਚੁੱਕੇ ਆ ਜੀ ਸੋ ਐਮਾਜ਼ਨ ਤੋਂ ਅਸੀਂ ਪਿਛਲੇ ਸਾਲ ਪਰਚੇਜ਼ ਕੀਤੇ ਸੀ ਭਾਜੀ ਕੋਲ ਇੱਥੇ ਮਿਲ ਚੁੱਕੇ ਆ ਤੁਹਾਨੂੂੰ ਇੱਥੇ ਮਿਲ ਜਾਣਗੇ ਭਾਜੀ ਕੋਲ ਭਾਜੀ ਇਹਦਾ ਪ੍ਰਾਈਸ ਦੱਸੋ ਕੀ ਹੈ ਜੀ ਇਹ ਜੀ ਸਿਰਫ 50 ਰੁਪਏ ਦਾ ਜੋੜਾ ਸਿਰਫ 50 ਰੁਪਏ ਦਾ ਸਿਰਫ ਵੀਰੇ 200 ਰੁਪਏ ਦਾ ਮੰਗਾਇਆ ਭਾਜੀ ਆ ਬੰਦਾ ਇਹਦੇ ਦੋ ਕੰਮ ਲੈ ਸਕਦਾ ਬੰਦਾ 200 ਰੁਪਏ ਦਾ ਪਾਇਆ ਜੀ 200 ਰੁਪਏ ਦਾ ਮੰਗਾਇਆ ਸੀ ਐਮਾਜ਼ਨ ਤੋਂ ਹਾਂ ਜੀ ਵੇਖੋ ਦੋ ਕੰਮ ਲੈ ਸਕਦੇ ਜੀ ਅੱਛਾ ਜੀ ਠੀਕ ਹੈ ਜੀ ਆ ਪਾ ਲਿਆ ਜੀ ਹਾਂ ਬਹੁਤ ਵਧੀਆ ਯਾਰ ਆ ਪਾ ਲਿਆ ਗੁੱਡੀ ਡਾਲੀ ਇੱਕ ਤੇ ਗਲਵਸ ਦਾ ਫਾਇਦਾ ਠੰਡ ਤੋਂ ਬੜਾ ਬਚਾ ਜੀ ਹਾਂਜੀ ਹਾਂਜੀ ਆ ਵੇਖੋ ਜੇ ਕਿਨੇ ਮੋਟਰਸਾਈਕਲ ਤੇ ਜਾਣਾ ਤੇ ਬੰਦਾ ਇਸ ਤਰ੍ਹਾਂ ਪਾ ਸਕਦਾ ਹਾਂ ਔਰ ਇਹਨੂੰ ਤੁਸੀਂ ਬਾਈਕ ਵਾਲਾ ਚਲਾਣੀ ਹੈ ਉਹ ਤੇ ਉਸੇ ਬੜਾ ਵਧੀਆ ਹੈ ਹਵਾ ਨਹੀਂ ਲੱਗੇਗੀ ਬਿਲਕੁਲ ਵੀ ਇਹ ਰੱਖੋ ਜੀ ਫਿਟਿੰਗ ਬੜੀ ਐ ਪ੍ਰੋਪਰ ਆਏਗੀ ਬੜੀ ਬੱਚਾ ਪਾ ਲਵੇ ਐ ਰਬੜ ਹੁੰਦੀ ਆ ਇਹਦੇ ਵਿੱਚ ਮਾਸਾ ਹਵਾ ਕ੍ਰੋਸ ਨਹੀਂ ਹੁੰਦੀ ਹਾਂ ਮੈਂ ਵੇਖੀ ਭਾਜੀ ਬਹੁਤ ਵਧੀਆ ਚੀਜ਼ ਹੈਗੀ ਆ ਹਾਂਜੀ ਆਪਾਂ ਪਿਛਲੇ 200 ਰੁਪਏ ਲਿਆ ਤਾਂ ਦੱਸੇ ਸੀ ਪਹਿਲੇ ਐਮਾਜ਼ਨ ਤੋਂ ਤੇ ਇਹ ਲੈਣਾ ਬਹੁਤ ਵਧੀਆ 50 ਰੁਪਏ ਦਾ ਜੋੜਾ ਸਿਰਫ ਜੋੜਾ 50 ਦਾ ਪੈ ਗਿਆ 25 ਰੁਪਏ ਘੱਟ ਪੈ ਗਿਆ ਤੇ ਕੋਈ ਜ਼ਰੂਰੀ ਮਤਲਬ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਚੀਜ਼ ਹੈਗੀ ਲੋੜੀ ਵਾਸਤੇ ਸੋ ਆ ਕੇ ਲਿਓ ਚਲੋ ਭਾਜੀ ਟੋਟਕ ਕਰੀਏ ਆਪਾਂ ਬੜਾ ਨਾ ਇੱਕ ਆ ਲਿਆ ਜੀ ਆਪਾਂ ਦੇਖੋ ਚੈੱਕ ਕਰੋ ਡਿਜ਼ਾਈਨ ਤੇ ਟੋਟਕ ਕਰਾਈਏ ਹਾਂ ਇਹ ਆ ਗਈ ਜੀ ਠੀਕ ਆ ਸਰ ਵਿੱਚ ਹੋਰ ਆ ਗਈ ਹੈ ਨਾ ਨਾ ਬਸ ਆ ਗਈ ਹੈ ਸੱਚ ਮੰਨੇ ਵੀ ਕਰ ਲਈ ਆਪਣੇ ਆਪਣੇ ਮਦਰ ਜੀ ਨੇ ਕਰ ਲਈ ਸੱਚ ਮੰਨੇ ਮੰਮੀ ਕਾ ਸਾਰੇ ਇਹ ਵੀ ਚੈੱਕ ਕਰੋ ਮੰਮੀ ਕਾ ਮਛਲਾ ਚਾਰ ਲਾ ਲਾ ਮਛਲਾ ਹਲੋ ਹਲੋ ਲਓ ਜੀ ਇਹ ਆਪਾਂ ਜਿੰਨੇ ਵੀ ਗੁੱਡੇ ਲੈ ਰਹੇ ਜੀ ਜ਼ਿਆਦਾਤਰ ਆਪਣੇ ਡੇਢ ਤਵਾ ਨਾ ਡੇਢ ਫੁੱਟਾਂ ਜੀ ਡੇਢ ਤਵਾ ਹਾਂ ਡੇਢ ਤਵਾ ਹੈਗੇ ਸਾਰੇ ਆਪਣੇ ਜ਼ਿਆਦਾਤਰ ਡਿਜ਼ਾਇਨਿੰਗ ਕਿਉਂਕਿ ਉਡਾਣੀ ਬੜੀ ਵਧੀਆ ਲੱਗਦੀ ਆ ਔਰ ਆਸਾਨ ਹੈਗੀ ਆ ਅਤੇ ਆਪਾਂ ਹਰ ਗੁੱਡੇ ਦੇ ਇੱਕ ਇੱਕ ਡਿਜ਼ਾਇਨ ਲੈ ਚੁੱਕੇ ਹਾਂ ਇਹ ਖਰਾਬ ਹੋ ਗਿਆ ਗੁੱਡਾ ਵੈਸੇ ਲੱਗ ਰਿਹਾ ਠੀਕ ਆ ਸੋ ਆਪਾਂ ਹੁਣ ਲੈਂਦੇ ਹਾਂ ਜੀ ਵੱਡੀ ਪਤੰਗ 4 ਫੁੱਟ ਵਾਲੀ ਤੁਹਾਨੂੰ ਦਿਖਾਈ ਸੀ ਨਾ ਭਾਜੀ ਇਹ ਲਓ ਸਾਡਾ 4 ਫੁੱਟ ਪਤੰਗ ਲਾ ਦਿਓ ਔਰ ਕਲਰ ਕਰਦੇ ਡਿਸਾਈਡ ਕਰ ਲੈਂਦੇ ਹਾਂ ਜੀ ਲਓ ਭਾਜੀ ਕਿਆ ਬਾਤ ਹੈ ਕਿੱਡੀ ਵੱਡੀ ਸੋ ਚੈੱਕ ਕਰੋ ਜੀ ਸਾਈਜ਼ ਚੈੱਕ ਕਰੋ ਤੁਸੀਂ ਅਰੇ ਕਿੱਡਾ ਤਗੜਾ ਸਾਈਜ਼ ਆ ਇਸ ਤੋਂ ਵੱਡੀਆਂ ਵੀ ਬਣਾਵਾਂਗੇ ਔਰ ਹਲੇ ਤਿਆਰ ਨਹੀਂ ਸੀਗੇ ਉਹ ਬਣਾਵਾਂਗੇ ਆਪਾਂ ਮੇਰੇ ਬਰਾਬਰ ਦੀ ਇਹ ਸੱਚ ਮੰਨਦੇ ਸਾਈਜ਼ ਆ ਪੂਰਾ ਮੋਢੇ ਦਾ ਕਿਸੇ ਜਿਵੇਂ ਭਰ ਆਉਂਦੀ ਉੱਤੇ ਹੀ ਇਹ ਤੋਂ ਭਰ ਆਉਂਦੀ ਆ ਪੂਰੀ ਪੂਰੀ ਮੂੰਹ ਦੇ ਆਉਂਦੀ ਇਹ ਡਿਜ਼ਾਈਨ ਚੈੱਕ ਕਰ ਲਓ ਜੀ ਸਾਰੇ ਇਹ ਆ ਡਿਜ਼ਾਈਨ ਉੱਪਰ ਟੰਗੇ ਨਹੀਂ ਸੀ ਟੰਗੇ ਨਹੀਂ ਸੀ ਡਿਜ਼ਾਈਨ ਆ ਗਿਆ ਧੱਗਾ ਪਲੇ ਜੇ ਧੱਗਾ ਆ ਗਿਆ ਜੀ ਲਓ ਜੀ ਚੈੱਕ ਕਰੋ ਕੀ ਆ ਬਾਤ ਉਹ ਥਰਾ ਮੇ ਬੇਟਾ ਆ ਇਦਾਂ ਉਹ ਵੜ ਗਿਆ ਭਾਈ ਧੱਗਾ ਫਿਰ ਕੀ ਆ ਬਾਤ ਹਾਲੋ 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 ਦੇਖੋ ਜੀ ਅੱਗੇ ਡੀ ਨਾ ਭਾਈ ਹਾਂਜੀ बहुत सस्तियां बड़े बड़े दूर लोग आ रहे हैं जस्ट हुण फोन आया सी भाई कितों फोन आया तुहानूं लुधियाने फोन आया सी कित्थे लुधियाना भाई इत्थों किन्ने किलोमीटर होगा तीन चार घंटे रस्ता है यार सीधी गल है तो उत्थों फोन आ रहे इन्नी दूर दूरों ਤੇ ਤੁਸੀਂ ਸੋਚ ਸਕਦੇ ਸੋ ਤੂੰ ਆ ਜਾਓ ਫਟਾਫਟ ਤੁਸੀਂ ਵੀ ਢਿੱਲ ਨਾ ਪਾਓ ਤੇ ਫੜਾ ਲਾ ਕੇ ਲੈ ਜਾਓ ਸ਼ੋਪਿੰਗ ਕਰੋ ਭਾਜੀ ਵਿਹਲਾ ਕਰੋ ਤੇ ਫਿਰ ਭਾਈ ਨੇ ਵੀ ਇੰਜੋਏ ਕਰਨਾ ਭਾਈ ਕੁੜੀ ਉਡਾਉਂਦੇ ਤੁਸੀਂ ਲੋੜੀ ਦੇ ਕਿੱਥੇ ਜੀ ਸਾਡੀ ਲੋੜੀ ਦੁਕਾਨ ਤੇ ਹੁੰਦੀ ਹੈ ਸੋ ਇਹ ਸੀ ਅੱਜ ਦਾ ਸਟੈਸ਼
2024 शॉपिंग आप कर चुके हैं जी, थोड़ी बहुत शॉपिंग करती है जी, वो अगले बार आके थोड़े गुड्डे पर लिखाए ऑर्डर से नाम लिखवाए आ छे तावी के बचा गए बन के वो भी तुम दिखावे। सो ब्लॉग में पूरा वेख्या करो, एंड तक वेख्या करो, स्किप ना करो। तो अज का ब्लॉग आप इतने रखते हैं जी, थोड़ा शॉपिंग आप कर चुकी है भाजी को। तो भाजी इस बार तो गिफ्ट की जी जो हाँ इस गिफ्ट देना आप चली जा शॉपिंग अपने भाजी बंद होना बंद ही है। एक मेन काम है जी लैके जाना बड़ा औखा होंगे वो अपने कार आप कार ले जाएंगे और बड़े गुड्डे कि रखा बड़े गुड्डे बड़ा औखा यार कि रखा इन वो जाने नहीं बेचते पिछे पिछे तो ये बड़े गुड्डे आप ले जा थोड़े ले जाए अगली बार बाकी ऑर्डर दिता बाकी ऑर्डर दिता है जी छे दावे का। सो उम्मीद करते हैं जी थानू अज का ब्लॉग चंगा लगेगा, जे चंगा लगे तो लाइक शेयर कमेंट नाल ही कर दियो भाई नू आगे शॉपिंग करो तो आगे इन्होंने करो वेलियाँ वेलियाँ होना नहीं क्योंकि इन्होंने ऑर्डर बहुत है सारे खिलौते खिलौते सवेरे शाम के 4 बजे आए जी आप हूँ टाइम हो चुका जी तकरीबन 8 बज चुके हैं। सो इस तरह जी गांह गांह ब्लॉग आते रहेंगे जी थानू फिर कभी मिलते नवे ब्लॉग के बाय।